अमृतसर के इलाके छहरटा में रहने वाले एक परिवार के भाई बहन पर इलाके के ही पार्षद के भतीजे द्वारा निजी रंजिश के चलते अपने और अपने साथियों सहित तो उनके घर में जबरन घुस गोलियां चलाई गई तथा मोहल्ले वालों के इकट्ठा होने पर जान से मारने की धमकियां देते हुए वो लोग मौके से फरार हो गए सूत्रों के अनुसार पूरनदीप सिंह के पिता जसकरण सिंह निवासी दशमेश अवेन्यू छहरटा का आरोप है कि उनके इलाके के पार्षद निर्भय सिंह फौजी के भतीजे संदीप सिंह द्वारा निजी रंजिश के चलते अपने करीब पन्द्रह से बीस साथियों सहित रात को उनके घर पर हमला किया गया संदीप व उसके साथियों ने जबरन घर में घुसकर गोलियां चलाई और जब मोहल्ला निवासी ये देख आगे आए तो उन्होंने उन्हें भी मारने की धमकी दे हवाई फायर करते हुए मौके से फरार हो गए घटना की जानकारी मिलते ही अधिकारी गुर सिंह पुलिस पार्टी सहित मौके पर पहुंच गए और पीड़ित पक्ष के बयानों के आधार पर मामला दर्ज कर आगे की जांच शुरू कर दी है और दोषियों की तलाश की जा रही है मुंडे तो बार मैं एक्चुअली मैं उदन है भी नहीं सी मैं चंडीगढ़ से मैं चंडीगढ़ आया मैं मेरी वाइफ हाँ जी हाँ जी बच्चे दोवें कले घर सन ਮੇਰੇ ਬੇਟੇ ਨੂੰ ਨਿਰਪੈ ਸਿੰਘ ਦਾ ਭਤੀਜਾ ਸੰਦੀਪ ਸਿੰਘ ਜਿਨੇ ਪਹਿਲੇ ਵੀ 3-4 ਵਾਰੀ ਕੁੱਟਿਆ ਸੀਗਾ 14 ਤਰੀਕ ਨੂੰ ਵੀ ਪਹਿਲੇ ਉਹਨੇ ਦਿਨੇ ਮੇਰੇ ਬੇਟੇ ਨੂੰ ਕੁੱਟਿਆ ਉਸ ਤੋਂ ਬਾਅਦ ਸ਼ਾਮ ਨੂੰ ਨਿਰਪੈ ਸਿੰਘ ਦਾ ਇਹਨਾਂ ਨੂੰ ਫੋਨ ਆਇਆ ਕਿ ਕੀ ਗੱਲ ਹੋਈ ਹੈ ਤੇ ਤੁਸੀਂ ਮਤਲਬ ਕਿ ਫੈਸਲਾ ਮਕਾਓ ਅਸੀਂ ਕਿਹਾ ਅਸੀਂ ਦੋਨੋਂ ਹਸਬੈਂਡ ਵਾਈਫ ਕਿਤੇ ਗਏ ਹੋਏ ਸੀਗੇ ਅਸੀਂ ਕਿਹਾ ਕਿ ਮਤਲਬ ਕਿ ਕਿ ਅਸੀਂ ਘਰ ਨਹੀਂ ਹੈਗੇ ਜਦੋਂ ਅਸੀਂ ਆਵਾਂਗੇ ਕੱਲ ਗੱਲ ਕਰਾਂਗੇ ਤੇ ਨਾਲੇ ਇਸ ਵਾਰ ਅਸੀਂ ਇਸ ਤਰ੍ਹਾਂ ਗੱਲ ਨਹੀਂ ਕਰਨੀ ਹੈਗੀ ਤਾਡੇ ਘਰ ਦੇ ਵਿੱਚ ਔਰ ਉਹਨੇ ਬੰਦੇ ਭੇਜ ਦਿੱਤੇ ਘਰ ਦੇ ਵਿੱਚ ਕੱਲਾ ਮੇਰਾ ਬੇਟਾ ਤੇ ਮੇਰੀ ਬੇਟੀ ਸੀਗੇ ਔਰ ਮੇਰੀ ਰਿਕੁਐਸਟ ਆ ਮਤਲਬ ਕਿ ਕਾ ਸੀਗਾ ਬਾਕੀ ਸਾਰੇ ਪਿੱਛੇ ਖੜੇ ਰਹੇ 25 30 ਬੰਦੇ ਲੇਕਿਨ ਜਿਹੜਾ ਸੰਦੀਪ ਸੀ ਔਰ ਲੜਕੇ ਨੇ ਪਹਿਲੇ ਬੈਲ ਕੀਤੀ ਆ ਜਦੋਂ ਮੇਰੀ ਬੇਟੀ ਬੇਟੀ ਨੇ ਅਗੂ ਕਿਹਾ ਹੈਗਾ ਕਿ ਪਾਪਾ ਨੇ ਬੁਲਾਇਆ ਪਾਪਾ ਘਰ ਨਹੀਂ ਹੈਗੇ ਤੇ ਅਗੂ ਕਹਿੰਦਾ ਨਹੀਂ ਗੇਟ ਖੋਲੋ ਤਾਂ ਉਸੇ ਟਾਈਮ ਅੱਗੇ ਆ ਕੇ ਦੇਖ ਲਿਆ ਤੇ ਬੇਟਾ ਕਹਿੰਦਾ ਵੀ ਪਲਕ ਮਤਲਬ ਇਹ ਸੰਦੀਪ ਹੈਗਾ ਤੂੰ ਦਰਵਾਜ਼ਾ ਨਾ ਖੋਲ ਤੇ ਸੰਦੀ ਮੁੜ ਕੇ ਬਾਹਰ ਗੋਪਾਪਾ ਨੇ ਲਿਆਇਆ ਹੈ ਨਾ ਕੱਲ ਗੱਲ ਕਰਾਂਗੇ ਤੇ ਕਹਿੰਦੇ ਪ੍ਰਧਾਨਾ ਨਹੀਂ ਤੂੰ ਹੀ ਆ ਜਾ ਬਾਰ ਇਹਨਾਂ ਨੇ ਮੁੜ ਕੇ ਕੁੰਡੀਆਂ ਲਗਾ ਲਈਆਂ ਔਰ ਚਲਾਏ ਹੈਗੇ ਨੇ ਦੱਤ ਤੱਕ ਉੱਤ ਤੱਕ ਉਹਨਾਂ ਨੇ ਸੁੱਟੇ ਹੈਗੇ ਆ ਔਰ ਫਿਰ ਉਹਨਾਂ ਨੇ ਫਾਇਰਿੰਗ ਵੀ ਕੀਤੀ ਹੈ ਗਿਆ ਇੱਕ ਜਣਾ ਅੰਦਰ ਆ ਕੇ ਦਰਵਾਜ਼ਾ ਖੋਲਣ ਲੱਗਾ ਜਦੋਂ ਸਾਰੀ ਗਲੀ ਇਕੱਠੀ ਹੋ ਗਈ ਉਸ ਤੋਂ ਬਾਅਦ ਹੋ ਗਏ ਉਹਨਾਂ ਵਿੱਚ ਸਭ ਨਰਪਾਇਤ ਸਿੰਘ ਨੇ ਕਰਵਾਇਆ ਹੈਗਾ ਜੋ ਕੁਝ ਹੋਇਆ ਸਭ ਨਰਪਾਇਤ ਸਿੰਘ ਦੇ ਕਹਿਨ ਤੇ ਹੋਇਆ ਹੈਗਾ ਆ ਔਰ ਮੈਂ ਇਹ ਚਾਹੁੰਦੀ ਹੈਗੀ ਹਾਂ ਉਹਨੇ ਇਸ ਕਰਕੇ ਸਾਰੀ ਫੈਮਲੀ ਇਹ ਚਾਹੁੰਦੇ ਹੈਗੇ ਆ ਕਿ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਉਹ ਦਰਖਾਸਤ ਆ ਇਹ ਪੁੱਤਰ ਦੀਪ ਸਿੰਘ ਵੱਲੋਂ ਤੇ ਇਹਨਾਂ ਦਾ ਕੋਈ ਮਹਿਲਾਂ ਥੋੜਾ ਬਦ ਮਾਮੂਲੀ ਝਗੜਾ ਤਰਕਾਰ ਹੋਇਆ ਸੀ ਫਿਰ ਰਾਤ ਨੂੰ ਸੰਦੀਪ ਸਿੰਘ ਨੇ ਆਪਣੇ ਨਾਲ ਹੋਰ 15-20 ਸਾਥੀ ਲੈ ਕੇ ਉਸਦੇ ਘਰ ਤੇ ਹਮਲਾ ਕੀਤਾ ਜਿਸ ਦਾ ਮਕਦਮਾ ਅਰਜ ਕੀਤਾ ਗਿਆ ਗਰਮਨ 307 452 506 148 159 ਆਰਮਰੈਡ ਦਾ ਮਕਦਮਾ ਅਰਜ ਕੀਤਾ ਗਿਆ ਉਹਨਾਂ ਨੇ ਕਿ ਦੋਵੇਂ ਜੇ ਪੁਲਿਸ ਦੋਸ਼ੀਆਂ ਨੂੰ ਫੜ ਨਹੀਂ ਰਹੀ ਪੁਲਿਸ ਦੋਸ਼ੀਆਂ ਦੀ ਭਾਲ ਜਾਰੀ ਕਰ ਰਹੀ ਹੈ ਰੇਡ ਕੀਤਾ ਜਾ ਰਹੇ ਨੇ ਦੋਸ਼ੀ ਜਿਹੜੇ ਉਹ ਮੌਕੇ ਤੋਂ ਫਰਾਰ ਹੋਏ ਨੇ ਕਿੰਨੇ ਬੰਦੇ ਅਨੁਵਲ ਨੇ ਇਹ ਜੋ ਮੇਨ ਤਾਂ ਸਦੀਪ ਸਿੰਘ ਹੈ ਬਾਕੀ 15-20 ਅਣਸ਼ਤਿਆ ਆਦਮੀ ਹੈ ਕਿਹੜੇ-ਕਿਹੜੇ ਥਾਸੀਨਾ ਕੋਲ ਉਹ ਸੰਦੀਪ ਸਿੰਘ ਤੋਂ ਰਵਾਲ ਰਵਾਲ ਦੱਸ ਰਹੇ ਨੇ ਬਾਕੀ ਕੋਲ ਕੁਰਪਾਨਾ ਵਗੈਰਾ ਗੁਬਿਸ ਬਾਲ ਦੱਤਰ ਦੁੱਤਰ ਰਹੇ